ਸਕੂਟਰ ਟੈਂਪੂ ਦੇ ਨੰਬਰ ਇੱਕ ਮੈਨੂੰ ਹੈਰਾਨਗੀ ਦੀ ਗੱਲ ਆ 70,000 crore ਦਾ ਕਣਕ ਝੋਨਾ ਵਿਕਦਾ ਹੈ ਇੱਕ ਸਾਲ ਦਾ 70,000 crore ਦਾ ਪੰਜਾਬ ਇਹ ਮੰਤਰੀ ਨੂੰ ਫੜਿਆ ਜਾਂਦਾ ਕਿਸੇ ਪਾਲਿਸੀ ਆਹ ਗਲਤ ਕੀਤੀ ਆ ਐਕਸਚੇਕਰ ਦਾ ਇੰਨੇ ਲੱਖਾਂ ਦਾ ਕਰੋੜਾਂ ਦਾ ਤੁਸੀਂ ਟਰਾਲੀ ਚ ਲੈ ਕੇ ਜਾਂਦੇ ਹੋ ਟਰੱਕ ਚ ਲੈ ਕੇ ਜਾਂਦੇ ਹੋ ਉਹ ਕੁਛ ਉਹਦਾ ਨਹੀਂ ਸਰਕਾਰ ਨੇ ਪੈਸੇ ਦੇਣੇ ਹੁੰਦੇ ਆ ਵੇਟ ਤੇ ਕਿਲੋਮੀਟਰ ਦੇ ਉਹ ਚ ਕੋਈ ਕਮੀ ਆ ਸਾਨੂੰ ਦੱਸੋ ਇਸ ਕਰਕੇ ਇਹ ਜਵਾਕਾਂ ਵਾਲੀ ਗੱਲ ਵੀ ਆ ਸਕੂਟਰ ਦਾ ਨੰਬਰ ਆ ਗਿਆ ਜੀ ਇਹ ਟੈਂਪੂ ਦਾ ਨੰਬਰ ਆ ਗਿਆ ਜੀ ਇਸ ਕਰਕੇ ਇਹ ਆਸ਼ੂ ਦਾ ਕੰਮ ਆ ਜ਼ਿੰਮੇਵਾਰੀ ਬਣਦੀ ਹੈ ਇਸ ਕੰਮ ਦੀ ਕਿਉਂ ਮੰਤਰੀ ਉਹਨਾਂ ਦੇ ਜਾਲੀ ਨੰਬਰ ਉਹ ਆਸ਼ੂ DTO ਲੱਗਿਆ ਜਾਂ ਆਸ਼ੂ RTO ਲੱਗਿਆ ਜਿਹਨੇ ਟਰੱਕਾਂ ਦੇ ਨੰਬਰ ਦੇਖਣੇ ਆ ਉਹ ਲੱਖਾਂ ਮੰਡੀਆਂ ਚ ਲੱਖਾਂ ਟਰੱਕ ਚੱਲਦੇ ਆ ਉਹ ਆਸ਼ੂ ਦਾ ਕੰਮ ਆ ਮਨਿਸਟਰ ਦਾ ਕੰਮ ਆ ਉਹ ਠੇਕੇਦਾਰ ਨੂੰ ਪੁੱਛੋ ਜਿਹਦੇ ਟਰੱਕ ਸੀ ਜਾਂ ਜਿਹੜੇ ਅਫਸਰ ਸੀ ਉੱਥੇ ਮੰਡੀ ਬੋਰਡ ਜਿਹੜਾ ਉਹ ਅੰਦਰ ਜਿਹੜੀ ਅੰਦਰ ਆਉਂਦੇ ਆ ਬਾਹਰ ਜਾਂਦੇ ਆ ਟਰੱਕ ਉਹਨਾਂ ਦਾ ਕੰਮ ਆ ਇਹ ਮੰਤਰੀ ਦਾ ਕੰਮ ਆ ਵੀ ਟਰੱਕ ਜਿਹੜੇ 17 ਜੇ ਇੱਕ ਮੰਡੀ ਚ ਗਲਤ ਕਰ ਲਿਆ ਅਸੀਂ ਤਾਂ ਆਪ ਆਏ ਤੁਸੀਂ ਸਾਨੂੰ ਸੁਬਾਹ ਸੱਦ ਲੈਂਦੇ ਅਸੀਂ ਰਾਤ ਨੂੰ ਆ ਜਾਂਦੇ ਦਫ਼ਤਰ ਵਿਜੀਲੈਂਸ ਬਿੱਟੂ ਜੀ ਦੇ ਨਾਲ ਆਏ ਦੇਖਿਆ ਹੁਣ ਬਿੱਟੂ ਜੀ ਪਾਸੇ ਹੋ ਗਏ ਲੈ ਚੋਰੀ ਚੋਰੀ ਜੇ ਤੁਹਾਨੂੰ ਪਤਾ ਵੀ ਸੱਚੇ ਹੈ ਤੁਸੀਂ ਬਿੱਟੂ ਜੀ ਦਾ ਕਿਉਂ ਇੰਤਜ਼ਾਰ ਕਰ ਰਹੇ ਹੋ ਵੀ ਪਾਸੇ ਹੋ ਗਏ ਆ ਜਾਂ ਫਲਾਨੇ ਦਾ ਵੀ ਇਹਦੇ ਨਾਲ ਕੋਈ ਆਇਆ ਜਿਹੜਾ ਤੁਹਾਨੂੰ ਲੱਗਦਾ ਵੀ ਇਹਨੇ ਕੁਛ ਕੀਤਾ ਹੁਣ ਫੜੋ ਸੋ ਤੁਹਾਡਾ ਲੀਡਰ ਸ਼ੇਰ ਹੈ ਬਈ ਹੁਣ ਇੱਕ ਮਿਸਾਲ ਪੈਦਾ ਕੀਤੀ ਹੈ ਵਾਦਾ ਕੋਈ ਪੂਰਾ ਨਹੀਂ ਹੋ ਸਕਦਾ ਆਸ਼ੂ ਨੂੰ ਫੜ ਲੋ ਫਲਾਨੇ ਨੂੰ ਫੜ ਲੋ ਫਲਾਨੇ ਨੂੰ ਫੜ ਲੋ ਸੋ ਮੇਰੀ ਬੇਨਤੀ ਹੈ ਇਹ ਅੱਜ ਇਹ ਕਹਿਣਗੇ ਵੀ ਇਹਨਾਂ ਨੇ ਕਾਨੂੰਨ ਹੱਥ ਚ ਲਿਆ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਬਿਲਕੁਲ ਨਹੀਂ ਬਹਿਣਾ ਕੱਲ ਨੂੰ ਫੈਸਲਾ ਲਵਾਂਗੇ ਲੀਡਰਸ਼ਿਪ ਨਾਲ ਸਲਾਹ ਕਰਕੇ ਬਿੱਟੂ ਜੀ ਸਾਡੇ ਵੱਡੇ ਭਰਾ ਤੇ ਅਸੀਂ ਪੁੱਛ ਪੜਤਾਲ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਆਪਾਂ ਆਉਣ ਵਾਲੀ ਕੱਲ ਨੂੰ ਆਪਣੀ ਰਣਨੀਤੀ ਦੱਸਾਂਗੇ ਕੀ ਹੈ ਅਸੀਂ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਹੀਂ ਪਾਉਣਾ ਚਾਹੁੰਦੇ ਤੁਹਾਡੇ ਕੰਮ ਚ ਅਗਰ ਜ਼ਰੂਰਤ ਹੈ ਸਾਡੇ ਕਿਸੇ ਸਾਥੀ ਦੀ ਸਾਨੂੰ ਦੱਸੋ ਅਸੀਂ ਪੇਸ਼ ਕਰ ਦਿਆਂਗੇ ਲੇਕਿਨ ਪ੍ਰਕਿਰਿਆ ਫਾਲੋ ਕਰ ਲੋਕਤੰਤਰ ਬਣਿਆ ਸੰਵਿਧਾਨ ਬਣਿਆ ਬਾਬਾ ਸਾਹਿਬ ਅੰਬੇਦਕਰ ਦੀ ਤੁਸੀਂ ਫੋਟੋ ਲਾਈ ਹੈ ਅਸੀਂ ਕਿਸੇ ਪ੍ਰਕਾਰ ਦਾ ਕਾਨੂੰਨ ਨੂੰ ਆਪਦੇ ਹੱਥ ਵਿੱਚ ਨਹੀਂ ਲੈਣਾ ਅੱਜ ਅਸੀਂ ਸ਼ਾਂਤਪੂਰਕ ਤਰੀਕੇ ਦੇ ਨਾਲ ਮੈਂ ਬਿੱਟੂ ਜੀ ਆਸ਼ੂ ਜੀ ਹਰੀ ਤੇ ਤਮਾਮ ਪੰਜਾਬ ਦੀ ਲੀਡਰਸ਼ਿਪ ਅਸੀਂ ਵਿਜੀਲੈਂਸ ਦਫ਼ਤਰ ਗਏ ਸਾਂ ਔਰ ਉੱਥੇ ਆਸ਼ੂ ਜੀ ਵੀ ਗਏ ਸੀ ਵੀ ਅਗਰ ਮੇਰੀ ਤੁਹਾਨੂੰ ਜ਼ਰੂਰਤ ਹੈ ਤਾਂ ਮੈਂ ਇੱਥੇ ਆਇਆ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ ਲੇਕਿਨ ਉਹਨਾਂ ਨੇ ਹਮੇਸ਼ਾ ਅਸੀਂ ਇਹੀ ਕਹਿੰਦੇ ਸੀ ਕਿ ਬਾਈ ਇਸ ਤਰ੍ਹਾਂ ਮੰਤਰੀ ਜਿਹੜਾ ਬੰਦਾ ਰਿਹਾ ਤੁਸੀਂ ਜਲੀਲ ਕਰਨਾ ਜਾਂ ਬਦਨਾਮੀ ਜੋ ਕਰਨਾ ਚਾਹੁੰਦੇ ਹੋ ਜਾਂ ਇਹ ਡਰਾਉਣਾ ਚਾਹੁੰਦੇ ਹੋ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਵਰਕਰਾਂ ਨੂੰ ਸਾਰਾ ਯਾਰ ਨਾ ਕਰ ਕੌਣ ਹੈ ਕਾਂਗਰਸ ਵੱਡੀ ਕਾਂਗਰਸ ਮਾਈਕ ਨੀਚੇ ਕਰ ਰਿਹਾ ਜੁਲਮ ਦੇ ਖਿਲਾਫ ਮਾਈਕ ਕਾਹਦੋ ਕਰੀ ਮਾਈਕ ਪਿੱਛੇ ਕਰ ਦੋ ਯਾਰ ਜਬਰ ਦੇ ਜੁਲਮ ਦੇ ਖਿਲਾਫ ਉਹ ਹਿੰਮਤ ਕਰ ਲੈ ਯਾਰ ਮਾਈਕ ਪਿੱਛੇ ਆਪਦੀ ਆਵਾਜ਼ ਬੁਲੰਦ ਰੱਖਣੀ ਕਾਂਗਰਸ ਪਾਰਟੀ ਜਿੰਦਾਬਾਦ।